ਪੰਜਾਬ ਦੀ ਸਿਆਸਤ 'ਚ ਮਚੀ ਵੱਡੀ ਹਲਚਲ। ਪੰਜਾਬ ਦੇ ਰਾਜਪਾਲ ਨੇ ਅਚਨਚੇਤ ਦਿੱਤਾ ਅਸਤੀਫਾ। ਹੁਣ ਪੰਜਾਬ ਦਾ ਕੌਣ ਹੋਵੇਗਾ ਅਗਲਾ ਰਾਜਪਾਲ? ਆਖਿਰ ਇਹ ਅਸਤੀਫੇ ਦੇ ਪਿੱਛੇ ਕੀ ਹੈ ਕਾਰਨ? ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਅਚਨਚੇਤ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮਾਨ ਸਰਕਾਰ ਨਾਲ ਚੱਲ ਰਹੇ ਮਨ ਮੁਟਾਵ ਕਰਕੇ ਬੜੀ ਚਰਚਾ 'ਚ ਰਹੇ ਨੇ, ਜਿਵੇਂ ਕਿ ਵਿਧਾਨ ਸਭਾ 'ਚ ਪਾਸ ਹੋਏ ਬਿੱਲਾਂ ਨੂੰ ਮਨਜ਼ੂਰੀ ਨਾ ਦੇਣਾ, ਵੱਖ ਵੱਖ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀਆਂ ਲਿਖ ਦੇਣੀਆਂ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਉਹਨਾਂ ਦੁਆਰਾ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਵੀ ਦੌਰਾ ਕੀਤਾ ਗਿਆ। ਇੱਕ ਵਾਰ ਬਨਵਾਰੀ ਲਾਲ ਪੁਰੋਹਿਤ ਜੀ ਦੇ ਜੀਵਨ ਤੇ ਨਜ਼ਰ ਮਾਰਦੇ ਹਾਂ ਕਿ ਕਿਵੇਂ ਪੱਤਰਕਾਰੀ ਤੋਂ ਸ਼ੁਰੂਆਤ ਕਰਕੇ ਉਹਨਾਂ ਨੇ ਰਾਜਪਾਲ ਬਣਨ ਦਾ ਸਫ਼ਰ ਤੈਅ ਕੀਤਾ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਨਵਾਰੀ ਲਾਲ ਪੁਰੋਹਿਤ ਜੀ ਹੋਣਾ ਦਾ ਜਨਮ 16 ਅਪ੍ਰੈਲ 1940 ਨੂੰ ਰਾਜਸਥਾਨ ਦੇ ਝੁੰਝਨੂ ਸ਼ਹਿਰ 'ਚ ਹੋਇਆ, ਜਿਨ੍ਹਾਂ ਨੂੰ 30 ਸਤੰਬਰ 2017 'ਚ ਤਾਮਿਲਨਾਡੂ ਦਾ 15ਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਹਨਾਂ 6 ਅਕਤੂਬਰ 2017 ਨੂੰ ਤਾਮਿਲਨਾਡੂ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਅਸਾਮ ਦੇ ਮੇਘਾਲਿਆ ਦੇ ਰਾਜਪਾਲ ਵੀ ਰਹਿ ਚੁੱਕੇ ਨੇ। ਉਹ 2 ਵਾਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ 1 ਵਾਰ ਭਾਜਪਾ ਵੱਲੋਂ ਮੈਂਬਰ ਰਹਿ ਚੁੱਕੇ ਨੇ। ਬਨਵਾਰੀ ਲਾਲ ਪੁਰੋਹਿਤ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਬਨਵਾਰੀ ਲਾਲ ਪੁਰੋਹਿਤ ਨੇ ਨਾਗਪੁਰ ਯੂਨੀਵਰਸਿਟੀ ਤੋਂ ਬੀਕੌਮ ਦੀ ਸਿੱਖਿਆ ਹਾਸਲ ਕੀਤੀ ਹੈ। ਪ੍ਰੋਫੈਸ਼ਨ ਵਜੋਂ ਇਹ ਰਾਜਨੀਤੀ ਤੋਂ ਇਲਾਵਾ ਸਮਾਜ ਸੇਵੀ ਅਤੇ ਪੱਤਰਕਾਰੀ 'ਚ ਵੀ ਕੰਮ ਕਰ ਚੁੱਕੇ ਨੇ। ਬਨਵਾਰੀ ਲਾਲ ਪੁਰੋਹਿਤ 1911 ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ ਸ਼ੁਰੂ ਕੀਤੇ ਗਏ ਰੋਜ਼ਾਨਾ ਅਖ਼ਬਾਰ ਦੇ ਮੈਨੇਜਿੰਗ ਸੰਪਾਦਕ ਵੀ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਉਹ ਰਾਮਦੇਵ ਬਾਬਾ ਕਾਲਜ ਆਫ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਵੀ ਚੇਅਰਮੈਨ ਰਹੇ ਨੇ। ਹੁਣ ਇੱਕ ਵਾਰੀ ਝਾਤ ਮਾਰਦੇ ਹਾਂ ਬਨਵਾਰੀ ਲਾਲ ਪੁਰੋਹਿਤ ਦੇ ਸਿਆਸੀ ਸਫ਼ਰ ਤੇ। 1978 'ਚ ਮੈਂਬਰ ਮਹਾਰਾਸ਼ਟਰ ਵਿਧਾਨ ਸਭਾ, 1982-83 ਰਾਜ ਮੰਤਰੀ ਸ਼ਹਿਰੀ ਵਿਕਾਸ ਮੰਤਰੀ ਮਹਾਰਾਸ਼ਟਰ, 1984 'ਚ ਲੋਕ ਸਭਾ ਲਈ ਚੁਣੇ ਗਏ INC ਦੇ ਵੱਲੋਂ, 1999 'ਚ ਲੋਕ ਸਭਾ ਲਈ ਦੁਬਾਰਾ ਚੁਣੇ ਗਏ ਕਾਂਗਰਸ ਪਾਰਟੀ ਦੇ ਵੱਲੋਂ, 1999 ਅਤੇ 1991 'ਚ ਮੈਂਬਰ ਰਹੇ ਨੇ ਸਲਾਹਕਾਰ ਕਮੇਟੀ, ਰੱਖਿਆ ਮੰਤਰਾਲਾ ਅਤੇ ਰੇਲਵੇ ਕਮੇਟੀ। ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਲਈ ਚੱਲਿਆ ਅੰਦੋਲਨ ਤੇ ਇਸ ਦੌਰਾਨ ਭਾਜਪਾ 'ਚ ਸ਼ਾਮਿਲ ਹੋ ਗਏ। 1991 'ਚ ਭਾਜਪਾ ਵੱਲੋਂ ਲੜੀ ਚੋਣਾਂ 'ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਦਿੱਤਾ ਮੇਗ ਤੋਂ ਹਾਰ ਮਿਲੀ। 2003 'ਚ ਆਪਣੀ ਪਾਰਟੀ ਬਣਾਈ, ਪਾਰਟੀ ਦਾ ਨਾਮ ਰੱਖਿਆ ਵਿਦਰਭ ਤਾਜਿਆ। ਸਾਲ 2004 'ਚ ਨਾਗਪੁਰ ਤੋਂ ਲੋਕ ਸਭਾ ਚੋਣ ਲੜੀ, 2009 'ਚ ਮੁੜ ਭਾਜਪਾ 'ਚ ਸ਼ਾਮਲ ਹੋਏ, ਭਾਜਪਾ ਦੀ ਟਿਕਟ ਤੋਂ ਨਾਗਪੁਰ ਤੋਂ ਚੋਣ ਲੜੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਲਾਸ ਮੁਟੇਮਵਾਰ ਤੋਂ ਹਾਰ ਮਿਲੀ। ਅਸਾਮ ਦੇ ਰਾਜਪਾਲ 22 ਅਗਸਤ 2016 ਤੋਂ 10 ਅਕਤੂਬਰ 2017 ਤੱਕ ਰਹੇ। ਮੇਘਾਲਿਆ ਦੇ ਰਾਜਪਾਲ 27 ਜਨਵਰੀ 2017 ਤੋਂ 5 ਅਕਤੂਬਰ 2017 ਤੱਕ ਰਹੇ। ਤਾਮਿਲਨਾਡੂ ਦੇ ਰਾਜਪਾਲ 6 ਅਕਤੂਬਰ 2017 ਤੋਂ 2021 ਤੱਕ ਰਹੇ। ਹੁਣ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ 1 ਸਤੰਬਰ 2021 ਨੂੰ ਰਾਜਪਾਲ ਦਾ ਅਹੁਦਾ ਸੰਭਾਲਿਆ ਅਤੇ 3 ਫਰਵਰੀ 2024 ਨੂੰ ਅਸਤੀਫਾ ਦੇ ਦਿੱਤਾ। ਇਹ ਅਸਤੀਫਾ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਤੇ ਅਚਨਚੇਤ ਇਹ ਅਸਤੀਫਾ ਜਿਹੜਾ ਰਾਜਪਾਲ ਦੇ ਵੱਲੋਂ ਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ। ਹਾਲਾਂਕਿ ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਅਮਿਤ ਸ਼ਾਹ ਦੇ ਨਾਲ ਵੀ ਮੀਟਿੰਗ ਹੋਈ ਹੈ। ਹੁਣ ਇਸ ਦੇ ਬਹੁਤ ਸਾਰੇ ਮਾਇਨੇ ਨਿਕਲਦੇ ਨੇ। ਪਹਿਲੀ ਗੱਲ ਤਾਂ ਹੈ ਕਿ ਮੀਟਿੰਗ ਹੋਈ ਔਰ ਮੀਟਿੰਗ ਤੋਂ ਤੁਰੰਤ 1 ਦਿਨ ਬਾਅਦ ਦੇ ਵਿੱਚ ਰਾਜਪਾਲ ਦਾ ਇੰਜ ਅਚਨਚੇਤ ਅਸਤੀਫਾ ਦੇ ਦੇਣਾ ਇਹ ਵੱਡੇ ਸਵਾਲ ਖੜੇ ਕਰਦਾ ਹੈ। ਇਸ ਦੇ ਮਾਇਨੇ ਕੀ ਨਿਕਲ ਸਕਦੇ ਨੇ? ਜਾਂ ਤਾਂ ਹੋਰ ਲੋਕਾਂ ਨੂੰ ਭਾਜਪਾ ਦੇ ਵੱਲੋਂ ਜਗ੍ਹਾ ਦਿੱਤੀ ਜਾਵੇਗੀ ਜਿਹੜੇ ਹੋਰ ਪਾਰਟੀ ਦੇ ਨੁਮਾਇੰਦੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਹੁਣ ਰਾਜਪਾਲ
ਕਿਹਨੂੰ ਲਾਇਆ ਜਾਵੇਗਾ? ਇਹ ਵੀ ਵੱਡਾ ਸਵਾਲ ਹੈ। ਉਹ ਕਿਹੜਾ ਚਿਹਰਾ ਹੋ ਸਕਦਾ ਜਿਹੜਾ ਪੰਜਾਬ ਦੇ ਰਾਜਪਾਲ ਦੇ ਵੱਲੋਂ ਹੁਣ ਅਹੁਦਾ ਸੰਭਾਲੇਗਾ? ਇਹ ਸਫ਼ਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ। ਇਸ ਨੂੰ ਕਿਵੇਂ ਦੇਖਦੇ ਹੋ, ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕਰਨੀ ਹੈ।